ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਭਰਤੀ ਹੈ ਜਿਹੜੀ ਕੰਪਲੀਟ ਹੋਣ ਵਾਲੀ ਹੈ ਜੀ ਇਹ ਕਿਉਂਕਿ ਜਿਹੜੇ ਸਟੂਡੈਂਟਾਂ ਦੀ ਅੱਜ ਆਪਾਂ ਨੂੰ ਪਤਾ ਹੈ ਜੀ ਬਹੁਤ ਜ਼ਾਰੇ ਸਟੂਡੈਂਟ ਜਿਹੜੇ ਇਕੱਠੇ ਹੋਏ ਸੀ ਜੀ ਤੇ ਉਹਨਾਂ ਨੇ ਗੁਰਪ੍ਰੀਤ ਜਿਹੜੇ ਡੀਓ ਮੈਡਮ ਨੇ ਜੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਜੀ ਉਹ ਸਾਰੇ ਸਕਰੀਨਸ਼ਾਟ ਵੀ ਤੁਹਾਨੂੰ ਦਿਖਾਵਾਂਗੇ ਤੇ 100% ਤੁਹਾਡਾ ਰਿਜ਼ਲਟ ਹੈ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਠੀਕ ਹੈ ਜੀ ਉਹ ਜਲਦ ਹੀ ਆਉਣ ਵਾਲਾ ਹੈ ਕਿੰਨੀ ਜਲਦੀ ਉਹ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣ ਹਜ ਤੱਕ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਤੁਹਾਨੂੰ ਆ ਦਿਖਾ ਦਿੰਨੇ ਆ ਜੀ ਇਹਦੇ ਵਿੱਚ ਕੀ ਦੱਸਿਆ ਗਿਆ ਜੀ ਕਹਿੰਦਾ ਪੰਜਾਬ ਪੁਲਿਸ ਵੱਲੋਂ ਬਹੁਤ ਸਾਰੇ ਕੈਂਡੀਡੇਟਾਂ ਨੂੰ ਦੁਬਾਰਾ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਤੇ ਬਾਇਓਮੈਟ੍ਰਿਕ ਲਈ ਬੁਲਾਇਆ ਗਿਆ ਸੀ ਤੇ 3 ਤੋਂ 4 ਜਨਵਰੀ ਤੱਕ ਇਹ ਪ੍ਰੋਸੈਸ ਚੱਲਿਆ ਸੀ ਤੇ ਅੱਜ ਜੋ ਕੈਂਡੀਡੇਟ ਆ ਤੁਸੀਂ ਦੇਖ ਸਕਦੇ ਹੋ EDGP ਆਫਿਸ ਗਏ ਸੀ ਉਹਨਾਂ ਤੋਂ ਹੀ ਪਤਾ ਚ ਲੱਗਿਆ ਕਿ 2-3 ਦਿਨਾਂ ਦੇ ਵਿੱਚ ਜਿਹੜਾ ਫਾਈਨਲ ਰਿਜ਼ਲਟ ਹੈ ਮੈਰਿਟ ਲਿਸਟ ਹੈ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਵੇਗੀ ਮਤਲਬ ਕਿ ਆਪਾਂ ਸਭ ਨੂੰ ਪਤਾ ਜੀ ਫਿਜ਼ੀਕਲ ਮੈਜ਼ੂਰਮੈਂਟ ਟੈਸਟ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਆਪਣਾ ਹੋ ਚੁੱਕਿਆ ਜੀ ਤੇ ਹੁਣ ਇਸ ਤੋਂ ਬਾਅਦ ਕੀ ਹੋਣਾ ਜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਨਾਲ ਹੁੰਦੇ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਜਿਹੜੀ ਮਤਲਬ ਕਿ ਇੱਕ ਲਿਸਟ ਆਉਣੀ ਹੈ ਜੀ ਮੈਰਿਟ ਲਿਸਟ ਮੈਰਿਟ ਲਿਸਟ ਤੋਂ ਬਾਅਦ ਸਿੱਧਾ ਹੁਣ ਠੀਕ ਹੈ ਜੀ ਮੈਡੀਕਲ ਹੋਵੇਗਾ ਤੇ ਬਹੁਤ ਹੀ ਜਲਦੀ ਆਉਣ ਵਾਲੀ ਹੈ ਜੀ ਇਹ ਮੈਰਿਟ ਲਿਸਟ ਆ ਤੁਸੀਂ ਪੜ ਲੈਣਾ ਹੈ ਤੇ ਰਿਕੁਐਸਟ ਵੀ ਕੀਤੀ ਜੀ ਜਿਹੜਾ ਹੁਣ ਸਾਰਾ ਕੰਮ ਹੈ ਜੀ ਡੀਜੀਪੀ ਦੇ ਹੱਥਾਂ ਦੇ ਵਿੱਚ ਚੱਲਾ ਹੁਣ ਜੀ ਜਿਹੜਾ ਆਪਣੇ ਫਾਈਨਲ ਮੈਰਿਟ ਲਿਸਟ ਹੈ ਜੀ ਆਉਣ ਵਾਲੀ ਹੈ ਤੇ ਹੁਣ ਇਹ ਸਾਰਾ ਕੰਮ ਡੀਜੀਪੀ ਦੇ ਹੱਥਾਂ ਦੇ ਵਿੱਚ ਚੱਲਾ ਗਿਆ ਤੇ ਜਿਹੜੇ ਜਿਹੜੇ ਬੱਚੇ ਉੱਥੇ ਗਏ ਸੀ ਜੀ ਅੱਜ ਆਪਣੇ ਏਡੀਜੀਪੀ ਆਫਿਸ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਹੀ ਉਹਨਾਂ ਦੀ ਮਿਹਨਤ ਰੰਗ ਲਾਈ ਹੈ ਤੇ ਹੁਣ ਜਲਦੀ ਹੀ ਠੀਕ ਹੈ ਜੀ ਰਿਜ਼ਲਟ ਆਉਣ ਵਾਲਾ ਹੈ ਤੇ ਹੋਰ ਵੀ ਤੁਹਾਡੇ ਮਨ ਦੇ ਵਿੱਚ ਜੇ ਕੋਈ ਕੁਐਸਚਨ ਹੈ ਸਾਨੂੰ ਕਮੈਂਟ ਕਰ ਦਿਓ ਅਸੀਂ ਰਿਪਲਾਈ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਆਪਣੇ ਚੈਨਲ ਨੂੰ